ਕਿ ਅਕਾਲੀ ਦਲ ਵਿੱਚ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਆਏ ਹਾਂ। ਅਸੀਂ ਬੱਬੇ ਵਾਲੇ ਸਾਹਿਬ ਦੇ ਨਾਲ ਹਾਂ, ਅਸੀਂ ਇਹਨਾਂ ਨੂੰ ਵਿਸ਼ਵਾਸ ਹੁੰਦੇ ਅਸੀਂ ਤੁਹਾਡੇ ਨਾਲ। ਬਾਬਾ ਹਲਕਾ ਗੁਰਦਾਸਪੁਰ ਵਿੱਚ ਪਿੰਡ ਵਾੜਾ ਵਿੱਚ ਮੈਂ ਮੀਟਿੰਗ ਕਰ ਲਈ ਆਇਆ। ਸਾਡੇ ਸਾਰੇ ਵਰਕਰ ਨੇ ਬਹੁਤ ਵਧੀਆ ਮੀਟਿੰਗ ਕਰਾਈ ਹੈ। ਸਾਡੇ ਸਾਬਕਾ ਸਰਪੰਚ ਵੀ ਮੌਜੂਦ ਨੇ ਅਤੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੀਆਂ ਪਾਲਸੀਆਂ ਤੋਂ ਖੁਸ਼ ਹੋ ਕੇ, ਕਿਉਂਕਿ ਇਹ ਲੋਕ ਸਮਝਦੇ ਨੇ ਕਿ ਜਦੋਂ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਸਾਹਿਬ ਪ੍ਰਕਾਸ਼ ਜੀ ਬਾਦਲ ਬਣੇ, ਉਦੋਂ ਉਦੋਂ ਚੰਗੀਆਂ ਪਾਲਸੀਆਂ ਲੈ ਕੇ ਆਏ। ਇੱਥੇ ਮੈਂ ਬੜਾ ਕੰਮ ਕਰਾਇਆ ਸੀ, ਗਰੀਬ ਮਜ਼ਦੂਰਾਂ ਨੂੰ ਪਲਾਟ ਵੀ ਵੰਡੇ ਸਨ, ਸਸਤਾ ਅਨਾਜ ਵੀ ਦਿੰਦੇ ਰਹੇ, ਪੈਨਸ਼ਨਾਂ ਵੀ ਲਾਈਆਂ, ਸੰਗਤ ਸਕੀਮਾਂ ਵੀ ਚਲਾਈਆਂ ਅਤੇ ਕਾਂਗਰਸ ਆਉਣ ਦੇ ਉੱਤੇ ਸਾਡੀਆਂ ਸਕੀਮਾਂ ਵਿੱਚ ਖੜੋਤ ਆਈ। ਸੋ ਇਹਨਾਂ ਸਾਡੀਆਂ ਨੀਤੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਫੈਸਲਿਆਂ ਤੋਂ ਖੁਸ਼ ਹੋ ਕੇ ਕਾਂਗਰਸ ਪਾਰਟੀ ਛੱਡ ਕੇ ਅੱਜ ਇਹ ਸ਼੍ਰੋਮਣੀ ਅਕਾਲੀ ਦਲ ਵਿੱਚ ਆਏ ਨੇ। ਇਹ ਤਿੰਨ ਮੈਂਬਰ ਨੇ ਜਿਹੜੇ ਮੌਜੂਦ ਨੇ, ਇਹਨਾਂ ਦਾ ਮੈਂ ਇੱਥੇ ਪਾਰਟੀ ਵਿੱਚ ਆਉਣ 'ਤੇ ਸਵਾਗਤ ਕਰਨਾ ਔਰ ਜੀ ਆਇਆਂ ਕਹਿੰਦਾ ਔਰ ਵਿਸ਼ਵਾਸ ਦਿਵਾਉਂਦਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਵਿੱਚ ਪੂਰਾ ਇਹਨਾਂ ਨੂੰ ਸਤਿਕਾਰ ਮਾਣ ਦਿੱਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ।